सत श्री अकाल सारिआं नूं, मैं कमल कुमार जस्सल टैलेंट पंजाब की टीम पहुंची अज एक शूट के उत्ते जिते कि ब्रायन मल्ली जिहड़ा बहुत ही अच्छा एक मॉडल आ अज शूट कर रहा है पंजाबी गाने का और गाना बहुत ही उहदे बोल भी अच्छे आ बोल बहुत अच्छा है और डायरैक्टर भी बहुत अच्छा है जिन्हां गाना लिखे आ उन्हां दा भी काफ़ी नाम हैगा तो इन्हां नाल मुलाकात करा है नकोदर दे आ ते बड़े फेमस हैगे आ। हाँ जी सर की हाल चाल जी? ठीक है सर। तुहानूं मिल के बड़ी खुशी हुई आपां नूं कि अज तुसीं शूट ते आए आ ते अज जिहड़ा शूट कर रहे हैं तुसीं पंजाबी शूट कर रहे हैं ते इहदे बारे दस्सो कि शूट दा गाना दस्सो गाणा की बोल की इहदे ਬੋਲ ਇਹ ਹੈਗਾ ਜੀ ਇੰਸਟਾਗ੍ਰਾਮ 'ਤੇ ਹੈ ਜਿਹੜਾ ਗਾਣਾ ਸੈਡ ਸੌਂਗ ਗਾਣਾ ਵਾ ਬਹੁਤ ਵਧੀਆ ਸਾਡੇ ਸਿੰਗਰ ਆ ਅਮਿਤ ਵੀਰ ਹੈ ਆਪਣਾ ਮੁੰਡਾ ਸਿੰਗਰ ਡਾਇਰੈਕਟਰ ਇਹਦਾ ਹੈਗਾ ਗੁਰੀ ਅੰਬਰਸਰ ਤੋਂ ਬਹੁਤ ਵਧੀਆ ਕੰਮ ਹੋ ਰਿਹਾ ਔਰ ਜਿਹੜਾ ਤੁਸੀਂ ਮਾਡਲਿੰਗ ਲਾਈਨ ਦੇ ਵਿੱਚ ਪਏ ਹੈਗੇ ਆ ਠੀਕ ਹੈ ਤੇ ਤੈਨੂੰ ਕਿਦਾਂ ਸ਼ੌਂਕ ਪੈਦਾ ਹੋਇਆ ਹੈਗਾ ਸ਼ੌਂਕ ਇੱਦਾਂ ਪੈਦਾ ਹੋਇਆ ਜਿੱਦਾਂ ਗਾਣੇ ਸੁਣਦੇ ਹੁੰਦੇ ਹੈਗੇ ਦੇਖਦੇ ਹੁੰਦੇ ਹੈਗੇ ਵੀਡੀਓ ਦੇਖਦੇ ਹੁੰਦੇ ਹੈਗੇ ਵਧੀਆ ਲੱਗਦਾ ਹੈਗਾ ਅਤੇ ਗਾਣੇ ਸੁਣਦੇ ਹੈਗੇ ਜਿੱਦਾਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਹੈਗੇ ਵੀਡੀਓ ਵਧੀਆ ਬਣਦੀਆਂ ਸੀਗੀਆਂ ਵਰਿੰਦਰ ਬਰਾੜ ਦੇ ਗਾਣੇ ਸੁਣਦੇ ਹੈਗੇ ਵਧੀਆ ਲੱਗਦਾ ਹੈਗਾ ਕਿਤੇ ਦੇਖਦੇ ਕੋਈ ਸ਼ੌਂਕ ਪੈ ਗਿਆ ਵੀ ਅਸੀਂ ਇਹ ਵੀਡੀਓ ਦੇ ਵਿੱਚ ਆਈਏ ਵੀ ਟੀ ਵੀ ਦੇ ਵਿੱਚ ਆਈਏ ਸਾਡਾ ਵੀ ਨਾਂ ਹੋਵੇ ਜਿੱਦਾਂ ਸਿੱਧੂ ਮੂਸੇਵਾਲੇ ਦਾ ਨਾਂ ਹੋਇਆ ਤੋ ਤੁਸੀਂ ਨਕੋਦਰ ਦਾ ਬਲੌਗ ਕਰਦੇ ਨਕੋਦਰ ਦੇ ਵਿੱਚ ਤਾਂ ਬਹੁਤ ਅੱਛੇ ਅੱਛੇ ਕਲਾਕਾਰ ਅੱਛੇ ਅੱਛੇ ਮਤਲਬ ਕਾਫ਼ੀ ਟੈਲੈਂਟ ਦੇ ਵਿੱਚ ਲੋਕ ਉੱਥੋਂ ਨਿਕਲੇ ਹੈਗੇ ਆ ਹਾਂਜੀ ਅਤੇ ਹੁਣ ਜਿੱਦਾਂ ਤੁਸੀਂ 2 ਸਾਲ ਤੋਂ ਇਸ ਲਾਈਨ ਦੇ ਵਿੱਚ ਆਏ ਆ ਅੱਗੇ ਤੁਹਾਡਾ ਮਤਲਬ ਪਰਪਲ ਕੀ ਹੈਗਾ ਕਿ ਤੁਸੀਂ ਮਤਲਬ ਕੀ ਬਣਨਾ ਚਾਹੁੰਦੇ ਆ ਅੱਗੇ ਹੌਲੀ ਹੌਲੀ ਪ੍ਰੋਸੀਜਰ ਆ ਵੀ ਗਾਣਿਆਂ ਦੇ ਵਿੱਚ ਹੋਰ ਮੋਡਲਿੰਗ ਕਰਾਂਗੇ ਫਿਲਮਾਂ ਦੇ ਵਿੱਚ ਟਰਾਈ ਕਰਾਂਗੇ ਉਹ ਅੱਜ ਜਿਹੜਾ ਤੁਹਾਡਾ ਸ਼ੂਟ ਚੱਲਿਆ ਹੈਗਾ ਮੈਂ ਦੇਖਿਆ ਸ਼ੂਟ ਬਹੁਤ ਹੀ ਅੱਛਾ ਤੁਹਾਡੇ ਨਾਲ ਮਾਡਲ ਵੀ ਅੱਛੀ ਸੀ ਗਾਣਾ ਵੀ ਅੱਛਾ ਹੈ ਔਰ ਜਿਹੜੇ ਡਾਇਰੈਕਸ਼ਨ ਦਿੰਦੇ ਆ ਉਹਨਾਂ ਦਾ ਵੀ ਬੜਾ ਅੱਛਾ ਰੋਲ ਹੈਗਾ ਅਤੇ ਤਾਂ ਮੈਂ ਸੋਚਿਆ ਕਿ ਤੁਹਾਡੀ ਇੰਟਰਵਿਊ ਕਰਾਂ ਕਿ ਇੱਦਾਂ ਦੇ ਕਲਾਕਾਰ ਪੰਜਾਬ ਦੇ ਵਿੱਚ ਬੈਠੇ ਜਿਹਨਾਂ ਨੂੰ ਚਾਂਸ ਨਹੀਂ ਮਿਲਦਾ ਜਿਹੜੇ ਇੰਨੇ ਟੈਲੈਂਟ ਹੈਗੇ ਆ ਉਹ ਚਾਂਸ ਲੈਣਾ ਚਾਹੁੰਦੇ ਪੱਲੇ ਵੀ ਪੈਸਾ ਖਰਚਦੇ ਆ ਕਿ ਅੱਗੇ ਵਧਾ ਲੇਕਿਨ ਤੁਹਾਨੂੰ ਮੌਕਾ ਮਿਲਦਾ ਅੱਗੇ ਵਧਣ ਦਾ ਔਰ ਤੁਸੀਂ ਜਿੱਦਾਂ ਅੱਜ ਗਾਣੇ ਦਾ ਸ਼ੂਟ ਕੀਤਾ ਹੈਗਾ ਗਾਣੇ ਦਾ ਤੁਹਾਡੇ ਬੋਲ ਬੜੇ ਵਧੀਆ ਦੱਸੇ ਹੈਗੇ ਆ ਪਹਿਲਾਂ ਵੀ ਤੁਸੀਂ ਕੋਈ ਗਾਣਾ ਕੀਤਾ ਕੋਈ ਇਸ ਤੋਂ ਪਹਿਲਾਂ? ਨਹੀਂ ਨਹੀਂ ਸਰ ਫਸਟ ਟਾਈਮ ਹੀ ਆ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਦਾ ਹੈਗਾ ਵੀ ਆਪਣਾ ਵੀਰ ਆ ਅਮਿਤ ਜਿਹੜਾ ਸਿੰਗਰ ਆ ਮੁੰਡਾ ਹਾਂਜੀ ਹਾਂਜੀ ਉਹਨਾਂ ਨਾਲ ਆਪਾਂ ਬਹੁਤ ਜ਼ਿਆਦਾ ਕਲੋਜ਼ ਜੀ ਹਾਂ ਕਲੋਜ਼ ਫਰੈਂਡ ਹੈ ਆਪਣਾ ਉਹਨਾਂ ਨੇ ਆਪਾਂ ਨੂੰ ਪਹਿਲੀ ਵਾਰੀ ਮੌਕਾ ਦਿੱਤਾ ਹੁਣ ਬੜੀ ਖੁਸ਼ੀ ਦੀ ਗੱਲ ਆ ਕਿ ਦੇਖੋ ਚਾਂਸ ਫਸਟ ਚਾਂਸ ਤੋਂ ਹੀ ਬੰਦਾ ਅੱਗੇ ਜਾਂਦਾ ਹੈ ਪਹਿਲੀ ਪੌੜੀ ਤੋਂ ਆਪਾਂ ਉੱਤੇ ਚੜ੍ਹਨੇ ਹਾਂ ਠੀਕ ਆ ਜੀ ਜਿੱਦਾਂ ਜਿੱਦਾਂ ਪੌੜੀਆਂ ਚੜ੍ਹਦਾ ਬੰਦਾ ਤਾਂ ਬੰਦੇ ਦੀਆਂ ਬੁਲੰਦੀਆਂ ਆਪਣੇ ਆਪ ਹੀ ਉੱਤੇ ਬੰਦਾ ਛੂਹ ਹੈਗਾ ਅਤੇ ਪਰਮਾਤਮਾ ਨੂੰ ਨਾਲ ਲੈ ਕੇ ਅਸੀਂ ਕਹਿੰਦੇ ਕਿ ਤੁਹਾਡੀ ਰਾਤ ਦਿਨ ਤਰੱਕੀ ਹੋਵੇ ਤੁਸੀਂ ਜਿਸ ਪੌੜੀ 'ਤੇ ਰੱਖੋ ਪੈਰ ਸਟੈਪ ਉੱਤੇ ਚੜ੍ਹਦਾ ਜਾਵੇ ਔਰ ਜਿਹੜਾ ਤੁਸੀਂ ਇਸ ਜਲੰਧਰ ਸ਼ਹਿਰ ਦੇ ਵਿੱਚ 2 ਜਗ੍ਹਾ 'ਤੇ ਤੁਹਾਡਾ ਸ਼ੂਟ ਹੋਇਆ ਤੁਸੀਂ ਮੌਜ ਵੀ ਕੀਤਾ ਹੈਗਾ ਹੁਣ ਤੁਸੀਂ ਹੋਟਲ ਲਾਈਨ ਦੇ ਵਿੱਚ ਹੋਟਲ ਦੇ ਅੰਦਰ ਆ ਕੇ ਇੱਕ ਤੁਹਾਡਾ ਸ਼ੂਟ ਸੀ ਅੰਦਰ ਰੂਮ ਦੇ ਵਿੱਚ ਉਹ ਵੀ ਬੜਾ ਵਧੀਆ ਕੀਤਾ ਹੈਗਾ ਅਤੇ ਮੇਰਾ ਤੁਹਾਡਾ ਟੈਲੈਂਟ ਮੈਨੂੰ ਦੇਖ ਕੇ ਬੜਾ ਖੁਸ਼ੀ ਹੋਈ ਆ ਅਤੇ ਮਹਾਰਾਜ ਕਰੇ ਤੁਹਾਡੇ ਤਰੱਕੀਆਂ ਹੋਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤੁਹਾਡਾ ਨਾਂ ਹੋਵੇ ਅਤੇ ਮੈਂ ਕਮਲ ਕੁਮਾਰ ਜੱਸਲ ਇਸ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ ਬਹੁਤ ਹੀ ਅੱਛਾ ਲੱਗਾ ਟੈਲੈਂਟ ਪੰਜਾਬੀ ਟੀਮ ਫਿਰ ਪਹੁੰਚੇਗੀ ਨਵੀਂ ਵੀਡੀਓ ਦੇ ਸਾਹ ਆਓ ਮਿਲਾਈਏ ਦੀਪਕਾ ਦੇ ਨਾਲ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਜੀ ਤੁਸੀਂ ਅੱਜ ਸ਼ੂਟ 'ਤੇ ਆਏ ਆ ਮੈਨੂੰ ਬੜਾ ਅੱਛਾ ਲੱਗਾ ਤੁਹਾਡਾ ਕੰਮ ਵੀ ਅੱਛਾ ਹੈ ਔਰ ਤੁਹਾਡੀ ਟੀਮ ਵੀ ਬਹੁਤ ਅੱਛੀ ਹੈਗੀ ਆ ਔਰ ਤੁਹਾਨੂੰ ਜਿਹੜਾ ਜਿੱਦਾਂ ਤੁਸੀਂ ਸਕੂਲ 'ਚ ਪੜ੍ਹਦੇ ਸੀ ਜਾਂ ਕਾਲਜ ਪੜ੍ਹਦੇ ਸੀ ਕਿਆ ਤੁਹਾਨੂੰ ਸ਼ੌਂਕ ਸੀ ਕਿ ਮੈਂ ਮਾਡਲਿੰਗ ਲਾਈਨ ਦੇ ਵਿੱਚ ਜਾਵਾਂ ਜਾਂ ਗਾਣੇ 'ਚ ਜਾਵਾਂ ਜਾਂ ਕਿੱਦਾਂ ਤੁਹਾਨੂੰ ਸ਼ੌਂਕ ਪੈਦਾ ਹੋਇਆ ਤੁਸੀਂ ਮਤਲਬ ਕਿਸੇ ਕੋਈ ਜਿਹੜਾ ਮਾਡਲ ਹੈ ਜਾਂ ਸਿੰਗਰ ਹੈ ਜਾਂ ਲੜਕੀ ਆ ਉਹਦਾ ਕੋਈ ਫੇਮਸ ਗਾਣਾ ਸੁਣਦੇ ਸੀ ਕਿਸੇ ਦਾ ਕਿ ਮੈਂ ਵੀ ਇੱਦਾਂ ਹੀ ਬਣਨਾ ਚਾਹਾਂ ਕਿਹੜਾ ਕਿਹੜੀ ਐਕਟਰ ਜਾਂ ਕੋਈ ਕੋਈ ਜਿਹੜਾ ਜ਼ਿਆਦਾ ਤੋਂ ਫੇਮਸ ਦੇਖਦੇ ਸੀ ਮੈਂ ਤਾਂ ਵੈਸੇ ਕੀ ਕਹਿੰਦੇ ਗੁਰਪ੍ਰੀਤ ਦਾ ਹੀ ਦੇਖਦੇ ਔਰ ਤੁਹਾਨੂੰ ਮੌਕਾ ਮਿਲਿਆ ਤੇ ਮਤਲਬ ਕੰਮ ਕੀ 2 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਤੁਹਾਨੂੰ ਕਿੱਦਾਂ ਲੱਗ ਰਿਹਾ ਪਹਿਲਾਂ ਜਦੋਂ ਤੁਸੀਂ ਸਟਾਰ ਕੀਤਾ ਸੀ ਪਹਿਲਾ ਗਾਣਾ ਕਿਹੜਾ ਕੀਤਾ ਸੀ ਤੁਸੀਂ ਪਹਿਲਾਂ ਮੈਂ ਕੀਤਾ ਸੀ ਸਿੰਪਲ ਲੁੱਕ ਉਸ ਤੋਂ ਬਾਅਦ ਤੇਰੀ ਗੱਲ ਓਕੇ ਪੰਜਾਬ ਦੇ ਵਿੱਚ ਜਿਹੜੇ ਜਿੱਦਾਂ ਹੁਣ ਕਦੀ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਵਿੱਚ ਵੀ ਤੁਹਾਨੂੰ ਕੰਮ ਮਿਲਿਆ ਕਿਤੇ ਹਾਂਜੀ ਬਹੁਤ ਜ਼ਿਆਦਾ ਪਰ ਮਿਲਿਆ ਆਪਨੇ ਵੀ ਆਇਆ ਠੀਕ ਹੈ ਔਰ ਤੁਸੀਂ ਤੁਹਾਡੀ ਫੈਮਿਲੀ ਤੁਹਾਡੀ ਸਪੋਰਟ ਕਰਦੀ ਹੈ ਇਸ ਕੰਮ ਦੇ ਵਿੱਚ ਪੂਰੀ ਸਪੋਰਟ ਕਰਦੀ ਹੈ ਤੁਹਾਨੂੰ ਕਿੱਦਾਂ ਲੱਗਦਾ ਇੱਥੇ ਵਧੀਆ ਲੱਗਦਾ ਹੈਗਾ ਤੁਸੀਂ ਜਿੱਦਾਂ ਕਿ ਇਸ ਭਵਿੱਖ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਔਰ ਤੁਹਾਡੇ ਨਾਲ ਮਾਡਲ ਵੀ ਬੈਠੇ ਹੈਗੇ ਸਾਡੇ ਬਹੁਤ ਅੱਛੇ ਹੈ ਤੁਹਾਡੇ ਨਾਲ ਇਹਨਾਂ ਸਾਥ ਦਿੱਤਾ ਹੈ ਕੀ ਨਾਮ ਸਰ ਜੀ ਆਪਣਾ ਪ੍ਰੈਮਲੀ ਜੀ ਤੁਹਾਡਾ ਦੋਨਾਂ ਦਾ ਸ਼ੂਟ ਸੀ ਇਕੱਠਿਆਂ ਦਾ ਤੁਸੀਂ ਬਾਹਰੋਂ ਮੌਜ ਵੀ ਸ਼ੂਟ ਕੀਤਾ ਇੱਥੇ ਵੀ ਕੀਤਾ ਹੈਗਾ ਪ੍ਰੈਮਲੀ ਜੀ ਤੁਸੀਂ ਇੱਕ ਗਰੁੱਪ ਤੁਹਾਡਾ ਮਤਲਬ ਸ਼ੁਰੂਆਤ ਹੈ ਤੁਹਾਡੀ 2 ਸਾਲ ਹੋ ਗਏ ਇਸ ਸ਼ੁਰੂਆਤ ਤੋਂ ਤੁਹਾਨੂੰ ਮਾਡਲਿੰਗ ਲਾਈਨ ਦੇ ਵਿੱਚ ਸ਼ੁਰੂਆਤ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਤੁਹਾਡੀ ਜਿਹੜਾ ਤੁਹਾਡਾ ਟੈਲੈਂਟ ਹੈਗਾ ਬਹੁਤ ਅੱਗੇ ਤੱਕ ਜਾਵੇ ਔਰ ਤੁਸੀਂ ਨਾਂ ਕਮਾਓ
और अज तुम काम किया है अज तुम शूट किया तो बड़ा वधिया लगा तो तुम की कहना चाहते पब्लिक में बहुत वधिया लगा मैंने काम करके जिदा हम गुरी भी रहा अपने डायरेक्टर साहब इन्होंने काम करके बहुत वधिया लगा अपने सिंगर आ अमित कुमार साड़ी सारी टीम बहुत वधिया वा अभी जिदा फैमिली आगू सारे करते गए हैं सारा शूट और मैडम जी मैडम आप बताओ कि जो इतने नोकली बिलोंग करते हो इस अलावा की काम करते मैं होटल मैनेजमेंट करते मतलब देखो बहुत अच्छा टैलेंट है जी तुम वर्क भी करते हैं उधरों तुम इधर शूट का भी काम करते हैं तो मैं चाहना कि लाइफ के अगे बढ़ो तरक्की करो और जिदा लोग हरेक स्टैप पहला चढ़ता पौड़ी चढ़ता चढ़ते चढ़ते बंदा उत्ते तक जाता है हरेक सपोर्ट चाहिए है घर की चाहिए लोगों की चाहिए पब्लिक की चाहिए है पब्लिक में असं खुश रखा तो पब्लिक सूँ लाइक करेगी ठीक है फेमस हो जाओ फेमस उ हों कि जो लोगों का प्यार लवे तो आप प्यार लैना अच्छे गाने दो अच्छा अच्छा लुक दो उदा का गाना दो पब्लिक के जी फैमिली देखे सारे देख तो मैं इसी गलों के धन्यवाद करता फिर मिलेंगे नए वीडियो साहब साथ मैं कमल कुमार जस्सल थैंक यू वेरी मच।